साढ़े 80-80 साल के बापू साढ़िया 90-90 साल दिया बेबे धरने बैठिया ने ते जवानी साड़ी घर जाके बह गई है क्यों भाई जो ये रैलिया चाहते ने तो विरोध साफ होना चाहिए कोई डांगा ना चलाओ कोई डड़े ना चलाओ इन्हों खड़ा के सवाल करो जवाब मंगो कि तुम इन्ना के पंजाब की सत्ता का सुख माने है तुम दसो पंजाब इन्ना हालातों में क्यों पहुंच गया सबू अपन जाना कुर्बान कर दिया पे अपनिया हिका डाउनिया पैन पर एक गल याद रखो लोगो साडे रस्से दे विचो सानू एक ही गुणती दिंदी है कि जदों कदे गल हकां दी आऊगी तां हिका दा के अगे खड़ांगे असी घड़िया च बंडे गए सियासी पार्टियां च बंडे गए शब्द सियासी पार्टियां ने कख नहीं साडा समारना ना पहला समारिया जिन्नियां मर्जी नवीआं सरकारां ले आओ जिन्ना मर्जी लीडर बदल के देख लो मुख्यमंत्री मंत्री बदल के देख लो साडा भला नहीं होना है भुल जाओ किसी भी हालात च असी हार के नहीं जाना भावें सानू अपनियां जानां क्यों ना कुर्बान करनियां पैण यह कहना है समाज सेवी लखा सिधाणा दा सिधाणा ने जित लई लोकां नू इकजुट होण दा सद्दा दित्ता है नाल ही उन्हां सियासी पार्टियां नू वी निशाने ते लिया है ते मैनु उम्मीद है कि जयकारे का जवाब उस बुलंद आवाज दे विच देवोगे कि इस समय दियां हकूमतां नूं पता लग जाएगा कि इन्ना सौखा नहीं इन्हां नूं मैदान दे विचों भजा देना ਵੇਖਿਆ ਜਿਹੜਾ ਉਹ ਬਿਲਕੁਲ ਤਬਾਹ ਹੋ ਜਾਣਾ ਗੱਲ ਚੇਤੇ ਰੱਖਿਓ
ਸੋ ਭਰਾਓ ਬਹੁਤ ਸਮਾਂ ਹੋ ਗਿਆ ਸਾਨੂੰ ਇੱਥੇ ਬੈਠਿਆਂ ਨੂੰ ਤਕਰੀਬਨ 10 ਮਹੀਨੇ ਦਾ ਸਮਾਂ ਹੋ ਗਿਆ ਇਹਨਾਂ 10 ਮਹੀਨਿਆਂ ਦੇ ਵਿੱਚ ਬੜੇ ਔਕਾਤ ਆਏ ਨੇ ਮੋਰਚਾ ਸਿਖਰਾਂ ਵੱਲ ਵੀ ਗਿਆ ਮੋਰਚੇ ਦੇ ਵਿੱਚ ਗਰਾਵਟ ਵੀ ਆਈ ਪਰ ਮੋਰਚਾ ਪੈਰਾਂ ਤੇ ਖੜਾ ਹੈ ਬਹੁਤਿਆਂ ਬੰਦਿਆਂ ਨੂੰ ਇਹ ਭਰਮ ਭੁਲੇਖਾ ਹੁੰਦਾ ਹੈ ਜਾਂ ਲਗਾਤਾਰ ਇਹ ਅਫਵਾਹਾਂ ਵੀ ਫੈਲੀਆਂ ਇੱਥੋਂ ਦੇ ਗੋਦੀ ਮੀਡੀਆ ਨੇ ਵੀ ਇਹ ਪ੍ਰਚਾਰ ਕੀਤਾ ਕਿ ਮੋਰਚਾ ਦਾ ਖਿੜ ਗਿਆ ਜੀ ਮੋਰਚੇ ਨਾਲ ਜਵਾਨੀ ਟੁੱਟ ਗਈ ਜੀ ਮੋਰਚਾ ਵੰਡਿਆ ਗਿਆ ਜੀ ਹੁਣ ਉੱਥੇ ਕੋਈ ਹੈ ਨਹੀਂ ਗਾ ਕੱਟ ਖਤਮ ਹੋ ਗਿਆ ਲੋਕਾਂ ਦੇ ਵਿੱਚ ਨਿਰਾਸ਼ਤਾ ਆ ਗਈ ਸੋ ਕਿਸੇ ਪ੍ਰਕਾਰ ਦੀ ਕੋਈ ਨਿਰਾਸ਼ਤਾ ਨਹੀਂ ਮੈਂ ਸਜਦਾ ਕਰਦਾ ਇੱਥੇ ਮੈਨੂੰ ਬਜ਼ੁਰਗ ਮਿਲੇ ਆ ਟਰਾਲੀਆਂ 'ਚ ਬੈਠੇ ਤੰਬੂਆਂ 'ਚ ਬੈਠੇ ਬਜ਼ੁਰਗਾਂ ਨੂੰ ਮਿਲ ਕੇ ਆਏ ਆ ਜਿਨ੍ਹਾਂ ਨੂੰ 8-8 ਮਹੀਨੇ ਹੋ ਗਏ 9-9 ਮਹੀਨੇ ਹੋ ਗਏ ਕਦੇ ਆਪਣੇ ਘਰ ਦਾ ਮੂੰਹ ਨਹੀਂ ਦੇਖਿਆ ਜਾ ਕੇ ਸਜਦਾ ਕਰਦੇ ਉਹਨਾਂ ਬਜ਼ੁਰਗਾਂ ਨੂੰ ਉਹਨਾਂ ਬਾਪੂਆਂ ਨੂੰ ਉਹਨਾਂ ਮਾਵਾਂ ਨੂੰ ਉਹਨਾਂ ਭੈਣਾਂ ਨੂੰ ਤੇ ਨੌਜਵਾਨੋ ਸਾਡੇ ਲਈ ਬੰਗਾਰ ਹੈ ਕਿ ਸਾਡੇ 80-80 ਸਾਲ ਦੇ ਬਾਪੂ ਸਾਡੀਆਂ 90-90 ਸਾਲ ਦੀਆਂ ਬੇਬੇ ਧਰਨੇ ਦੇ ਵਿੱਚ ਬੈਠੀਆਂ ਨੇ ਤੇ ਜਵਾਨੀ ਸਾਡੀ ਘਰਾਂ 'ਚ ਜਾ ਕੇ ਬਹਿ ਗਈ ਹੈ ਕਿਉਂ ਬਈ ਕੀ ਅਸੀਂ ਮੋਰਚਾ ਫਤਿਹ ਕਰ ਲਿਆ ਕੀ ਜੰਗ ਜਿੱਤ ਲਈ ਅੱਜ ਫਿਰ ਉਹਨਾਂ ਗਦਾਰਾਂ ਦੇ ਮੋਢਿਆਂ ਤੇ ਜਾ ਕੇ ਚੜ ਗਏ ਜਿਹੜੇ ਗਦਾਰਾਂ ਨੇ ਸਾਨੂੰ ਆ ਦਿੱਲੀ ਦੀਆਂ ਬਰੂਹਾਂ ਤੇ ਲਿਆ ਕੇ ਬਿਠਾਇਆ ਜਿਹੜੇ ਗਦਾਰਾਂ ਦੀ ਬਦੌਲਤ ਸਾਡਾ 600 ਕਿਸਾਨ ਸ਼ਹੀਦ ਹੋ ਚੁੱਕਿਆ ਮਜ਼ਦੂਰ ਸ਼ਹੀਦ ਹੋ ਚੁੱਕਿਆ ਜਿੰਨਾ ਗਦਾਰਾਂ ਦੀ ਬਦੌਲਤ ਸਾਡੀ ਆਉਣ ਵਾਲੀ ਜਿਹੜਾ ਪੰਜਾਬ ਦਾ ਭਵਿੱਖ ਹੈ ਪੰਜਾਬੀ ਦਾ ਭਵਿੱਖ ਹੈ ਉਹ ਖਤਮ ਹੋਣ ਵੱਲ ਵੱਧ ਰਿਹਾ ਹੈ ਉਹ ਕੌਣ ਗਦਾਰ ਨੇ ਦੱਸੋ ਵੀ ਕੌਣ ਗਦਾਰ ਨੇ ਆਪਾਂ ਦੇਖਦੇ ਆ ਸ਼ਰੇਆਮ ਰੈਲੀਆਂ ਕਰਦੇ ਸੀ ਪਿੰਡਾਂ ਦੇ ਭਾਈਚਾਰੇ ਨੂੰ ਖਤਮ ਕਰਤਾ ਸਾਡੇ ਪਿੰਡਾਂ ਦੇ ਵਿੱਚ ਧੜੇ ਬਣ ਗਏ ਅੱਧੇ ਲੋਕੇ ਕਹਿਣ ਲੱਗ ਗਏ ਕਿ ਅਸੀਂ ਧਾਲੀਵਾਲ ਨੂੰ ਪਿੰਡ 'ਚ ਬੁਲਾਵਾਂਗੇ ਅਸੀਂ ਰੈਲੀਆਂ ਜਾਵਾਂਗੇ ਤੁਸੀਂ ਕਰਕੇ ਦਿਖਾਓ ਕੀ ਦਿਖਾਉਣਾ ਹੈ ਸੋ ਭਰਾਵੋ ਅਸੀਂ ਜਵਾਬ ਇਹ ਮੋਦੀ ਹਕੂਮਤ ਤੋਂ ਨਹੀਂ ਲੈਣਾ ਇਕੱਲਾ ਅਸੀਂ ਜਵਾਬ ਉਹਨਾਂ ਗਦਾਰਾਂ ਬਾਦਲਾਂ ਕੈਪਟਨਾਂ ਤੋਂ ਵੀ ਲੈਣਾ ਕਿਉਂਕਿ ਇਹ ਜਿਹੜੇ ਕਾਲੇ ਕਾਨੂੰਨ ਆਏ ਨੇ ਜਾਂ ਜਿਹੜੇ ਹਾਲਾਤਾਂ ਨੂੰ ਪੰਜਾਬ ਅੱਜ ਪਹੁੰਚ ਗਿਆ ਆਪਾਂ ਦੇਖਦੇ ਆ ਪਿੰਡ ਪੰਜਾਬ ਦੇ ਹਰ ਪਿੰਡ ਵਿੱਚ ਚਿੱਟਾ ਵਿਕੀ ਜਾਂਦਾ ਰੋਜ਼ ਆਪਾਂ ਦੇਖਦੇ ਕਿਵੇਂ ਸਾਡੀ ਜਵਾਨੀ ਟੀਕੇ ਲਾ ਲਾ ਕੇ ਮਰ ਰਹੀ ਹੈ ਸਾਡੀ ਪੰਜਾਬ ਦੀ ਜਵਾਨੀ ਇਹ ਸੋਹਣੀ ਧਰਤੀ ਨੂੰ ਛੱਡ ਕੇ ਬਾਹਰਲੇ ਮੁਲਕਾਂ ਨੂੰ ਭੱਜ ਰਹੀ ਹੈ ਕਿੰਨਾ ਦਰਦ ਕਰਕੇ ਬਈ ਆ ਜਿੰਨਾ ਲੋਕਾਂ ਨੇ ਸਮੇਂ ਸਮੇਂ ਦੇ ਇੱਥੇ ਰਾਜ ਕੀਤਾ ਪੰਜਾਬ ਦੇ ਵਿੱਚ ਇਹ ਬਰਾਬਰ ਦੇ ਦੋਸ਼ੀ ਨੇ ਸੋ ਇਹ ਮਤ ਦਿਮਾਗ ਦੇ ਵਿੱਚ ਲੈ ਕੇ ਆਇਓ ਵੀ ਇਕੱਲਾ ਮੋਦੀ ਜ਼ਿੰਮੇਵਾਰ ਹੈ ਇਕੱਲੀ ਸੈਂਟਰ ਦੀ ਚਾਹੇ ਪਹਿਲਾਂ ਕਾਂਗਰਸ ਰਹੀ ਉਹ ਜ਼ਿੰਮੇਵਾਰ ਹੈ ਇੱਥੇ ਜ਼ਿੰਮੇਵਾਰ ਭਰਾਵੋ ਬਾਦਲ ਵੀ ਬਰਾਬਰ ਜ਼ਿੰਮੇਵਾਰ ਉਹ ਕਾਂਗਰਸ ਵੀ ਬਰਾਬਰ ਜ਼ਿੰਮੇਵਾਰ ਠੀਕ ਹੈ ਇੱਕ ਗੱਲ ਮੈਂ ਕਹਿਣੀ ਚਾਹੂੰਗਾ ਕਿ ਜਦੋਂ ਇਹ ਰੈਲੀਆਂ 'ਚ ਆਉਂਦੇ ਨੇ ਤਾਂ ਵਿਰੋਧ ਸਾਬਤ ਹੋਣਾ ਚਾਹੀਦਾ ਕੋਈ ਡਾਂਗਾ ਨਾ ਚਲਾਓ ਕੋਈ ਡਰੇ ਨਾ ਚਲਾਓ ਇਹਨਾਂ ਨੂੰ ਖੜਾ ਕੇ ਸਵਾਲ ਕਰੋ ਜਵਾਬ ਮੰਗੋ ਕਿ ਤੁਸੀਂ ਇੰਨਾ ਤੇ ਪੰਜਾਬ ਦੀ ਸੱਤਾ ਦਾ ਸੁੱਖ ਮਾਣਿਆ ਤੁਸੀਂ ਦੱਸੋ ਪੰਜਾਬ ਇਹਨਾਂ ਹਾਲਾਤਾਂ ਨੂੰ ਕਿਉਂ ਪਹੁੰਚ ਗਿਆ ਹਰ ਪੰਜਾਬੀ ਦੇ ਮਨ ਦੇ ਵਿੱਚ ਸੈਂਕੜੇ ਸਵਾਲ ਨੇ ਇਹਨਾਂ ਰਾਜਨੀਤਿਕ ਪਾਰਟੀਆਂ ਦੇ ਲਈ ਸੋ ਭਰਾਵੋ ਅਗਲੀ ਗੱਲ ਮੈਂ ਇੱਕ ਹੋਰ ਕਹਿ ਦੇਣੀ ਚਾਹੁੰਦਾ ਇੱਥੋਂ ਮੋਦੀ ਨੂੰ ਕਿ ਜੇ ਤੁਹਾਨੂੰ ਇਹ ਭੁਲੇਖਾ ਹੈ ਇਹ ਭਰਮ ਹੈ ਤਾਂ ਦਿਮਾਗ ਦੇ ਵਿੱਚੋਂ ਕਰ ਦਿਓ ਕਿ ਇਹ ਲੋਕ ਥੱਕ ਜਾਣਗੇ ਅੱਕ ਜਾਣਗੇ ਟੁੱਟ ਜਾਣਗੇ ਜਾਂ ਨਿਰਾਸ਼ ਹੋ ਕੇ ਘਰਾਂ ਨੂੰ ਮੁੜ ਜਾਣਗੇ ਸਾਡੇ ਵਿਰਸੇ ਦੇ ਵਿੱਚੋਂ ਸਾਨੂੰ ਇੱਕੋ ਹੀ ਗੁਣਤੀ ਮਿਲੀ ਹੈ ਕਿ ਜਦੋਂ ਕਦੇ ਗੱਲ ਹੱਕਾਂ ਦੀ ਆਊਗੀ ਤਾਂ ਹੱਕਾਂ ਦਾ ਕੇ ਅੱਗੇ ਖੜਾਂਗੇ ਅੰਦੋਲਨ ਇੱਕ ਐਸਾ ਅੰਦੋਲਨ ਹੈ ਜਿਹੜੀ ਇਸ ਪੂੰਜੀਪਤੀ ਸਰਕਾਰ ਦੇ ਕਫਨ ਦਾ ਕਿਲ ਸਾਬਤ ਹੋਣ ਵਾਲਾ ਹੈ ਇਹ ਭੁਲੇਖਾ ਕਰ ਦਿਓ ਕਿ ਸਰਕਾਰ ਪਿੱਛੇ
ਪਿੱਛੇ ਨਹੀਂ ਹਟੂਗੀ। ਔਰ ਦੇਖਿਆ ਨਾ ਕਮਾਲ ਦੇ ਵਿੱਚ ਕਿਵੇਂ ਪੰਜਾਂ ਸ਼ੇਰਾਂ ਦਿਨਾਂ ਦੇ ਵਿੱਚ ਉਹਦੀ ਕੱਟ ਸਰਕਾਰ ਪਛਾਣ ਹਟੀ ਹੈ, ਜਿਹੜੀ ਕਦੇ ਕਹਿੰਦੀ ਸੀ ਕਿ ਪੱਕਾ ਨਹੀਂ ਹਿਰਨ ਦੇਵਾਂਗੇ, ਜਿਹੜਾ ਡੀਸੀ ਕਦੇ ਕਹਿੰਦਾ ਸੀਗਾ ਕਿ ਜਤਾਰੀ ਲਾਤੀ ਕੋਈ ਸ਼ੱਕ ਨਹੀਂ ਰੋਕਣ ਦੇਵਾਂਗੇ, ਕੋਈ ਸ਼ਕਤੀ ਵਾਲੇ ਕੇ ਨਹੀਂ ਆਉਣ ਦੇਵਾਂਗੇ। ਔਰ ਦੇਖੋ ਛੇਵੇਂ ਦਿਨ ਕਿਵੇਂ ਪੈਰਾਂ ਤੇ ਆ ਕੇ ਡਿੱਗੀ ਹੈ। ਸੋ ਪੰਜਾਬ ਵਾਲਿਓ, ਸਾਨੂੰ ਹਰਿਆਣੇ ਤੋਂ ਵੀ ਸਿੱਖਣ ਦੀ ਲੋੜ ਆ, ਇਹ ਵੀ ਝਾਤੀ ਮਾਰੋ। ਅਸੀਂ ਧੜਿਆਂ 'ਚ ਵੰਡੇ ਗਏ, ਸਿਆਸੀ ਪਾਰਟੀਆਂ 'ਚ ਵੰਡੇ ਗਏ, ਛੱਡ ਦਿਓ ਸਿਆਸੀ ਪਾਰਟੀਆਂ ਨੇ ਕੱਖ ਨੂੰ ਸਾਡਾ ਸਮਾਰਨਾ ਨਾ ਪਹਿਲਾਂ ਸਮਾਰਿਆ। ਜਿੰਨੀਆਂ ਮਰਜ਼ੀ ਨਵੀਆਂ ਸਰਕਾਰਾਂ ਲੈ ਆਓ, ਜਿੰਨੀਆਂ ਮਰਜ਼ੀ ਦੇ ਲੀਡਰ ਬਦਲ ਕੇ ਦੇਖ ਲਓ, ਮੁੱਖ ਮੰਤਰੀ ਮੰਤਰੀ ਬਦਲ ਕੇ ਦੇਖ ਲਓ, ਸਾਡਾ ਭਲਾ ਨਹੀਂ ਹੋਣ ਵਾਲਾ, ਭੁੱਲ ਜਾਓ। ਇਹ ਨੰਗੇ ਧੜ ਹੋ ਕੇ ਲੜਨਾ ਪੈਣਾ, ਇਹ ਗੱਲ ਦਾ ਖਿਆਲ ਰੱਖਿਓ। ਅਖੀਰ ਦੇ ਉੱਤੇ ਮੈਂ ਇੱਕ ਹੋਰ ਬੇਨਤੀ ਜ਼ਰੂਰ ਕਰੂੰਗਾ, ਜਿੰਨੇ ਸਾਡੇ ਸਾਂਝੇ ਕਿਸਾਨ ਮੋਰਚੇ ਦੇ ਆਗੂ ਸਾਹਿਬਾਨ ਹੈ, ਉਹਨਾਂ ਨੂੰ ਅਪੀਲ ਕਰਨੀ ਚਾਹੁੰਦਾ, ਗਿਆਸ ਕਰਨੀ ਚਾਹੁੰਦਾ, ਇਹ ਮੇਰੀ ਵੀ ਹੈ, ਪੂਰੇ ਇਸ ਅੰਦੋਲਨ ਲੜ ਰਹੇ ਲੋਕਾਂ ਦੀ ਮੰਗ ਹੈ ਕਿ ਤੁਹਾਡੇ ਅੱਗੇ ਗਿਆਸ ਕਰਦੇ ਹਾਂ ਕਿ ਸਾਡਾ ਕਈ ਵਾਰੀ ਇਹ ਨਾ ਸੋਚ ਲਿਓ ਕਿ ਸਟੇਜ ਤੋਂ ਆ ਕੇ ਪਤਾ ਨਹੀਂ ਕਿਹੋ ਜਿਹੀ ਗੱਲ ਕਰ ਦਿੰਦੇ ਆ। ਤੁਹਾਨੂੰ ਗੁਜ਼ਾਰਿਸ਼ ਇਹ ਕਰਦੇ ਆ ਵੀ ਕੋਈ ਨਾ ਕੋਈ ਹੁਣ ਕੋਈ ਠੋਸ ਤੇ ਵਧੀਆ ਪ੍ਰੋਗਰਾਮ ਦਿਓ। ਲੋਕ ਤੁਰਨ ਨੂੰ ਤਿਆਰ ਆ, ਲੋਕ ਆਉਣ ਨੂੰ ਤਿਆਰ ਹੈ। ਪੰਜਾਬ ਦੇ ਵਿੱਚ ਪਿੰਡਾਂ ਦੇ ਵਿੱਚ ਜਾਂਦੇ ਆ ਤਾਂ ਉੱਥੇ ਇਹੀ ਗੱਲ ਹੁੰਦੀ ਹੈ, ਕਹਿੰਦੇ ਬਾਈ ਤੂੰ ਸੁਨੇਹਾ ਆ ਜੇ, ਪੈਰ ਜੁੱਤੀ ਨਹੀਂ ਪਾਉਂਦੇ ਸਿੱਧੇ ਦਿੱਲੀ ਜਾਵਾਂਗੇ। ਤੇ ਭਰੋਸਾ ਸੀ ਇਹ ਦਿੰਦੇ ਤੁਹਾਨੂੰ ਕਿ ਅਸੀਂ ਤੁਹਾਡੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਪਹਿਲੇ ਦਿਨ ਤੋਂ ਖੜੇ ਸੀ ਤੇ ਅੱਜ ਤੱਕ ਖੜੇ। ਇੰਨੀਆਂ ਮੇਰੀਆਂ ਬੇਨਤੀਆਂ ਸੀ, ਲਗਾਤਾਰ ਹੁਣ ਅਸੀਂ ਇੱਥੇ ਪੱਕੇ ਹੀ ਬਹਿ ਗਏ ਆ ਭਰਾਵੋ ਆ ਕੇ, ਰਸੋਈ ਢਾਬੇ ਕੋਲ ਸਾਡਾ ਤੰਬੂ ਅਸੀਂ ਲਾ ਰਿਹਾ। ਰਾਤ ਨੂੰ ਜਦੋਂ ਵੀ ਆਪਾਂ ਕਦੇ ਮਿਲਣਾ ਕਰਨਾ, ਜਿੰਨੇ ਆਪਣੇ ਤੰਬੂ ਲੱਗੇ ਹੋਏ ਨੇ ਸਾਰੇ ਕੋਲ, ਆਪਾਂ ਵਾਰੀ ਵਾਰੀ ਬੈਠ ਕੇ ਵਿਚਾਰਾਂ ਵੀ ਕਰਨੀਆਂ ਨੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਚਾਹੁੰਦੇ ਹਾਂ ਕਿ ਖਲੋਟ ਟੁੱਟੇ ਥੋੜ੍ਹਾ ਜਿਹਾ, ਜਿਹੜਾ ਆਪਣਾ ਅਗਲਾ ਪ੍ਰੋਗਰਾਮ ਤੇਜ਼ ਹੋਵੇ, ਮੋਰਚਾ ਤੇਜ਼ ਹੋਵੇ। ਦੇਖੋ ਮੁਜ਼ੱਫਰਨਗਰ ਨੇ ਤੇ ਕਰਨਾਲ ਨੇ ਦੁਬਾਰਾ ਰੂਹ ਫੂਕੀ ਹੈ, ਦੁਬਾਰਾ ਫਿਰ ਲੋਕਾਂ ਨੂੰ ਲੱਗਣ ਲੱਗਿਆ ਕਿ ਨਹੀਂ ਯਾਰ ਇਹਦਾ ਬਵਾਹ ਹੀ ਸੀਗੀਆਂ, ਮੋਰਚਾ ਕਿਤੇ ਨਹੀਂ ਗਿਆ, ਮੋਰਚਾ ਉੱਥੇ ਹੀ ਖੜਾ। ਸੋ ਆਓ ਆਪਾਂ ਸਾਰੇ ਇਕੱਠੇ ਹੋ ਕੇ ਇੱਕ ਸਾਂਝਾ ਫੈਸਲਾ ਲੈਕੇ ਤਾਂ ਕਿ ਸਰਕਾਰ ਨੂੰ ਸੇਕ ਲੱਗੇ, ਪਤਾ ਲੱਗੇ। ਜਿਹੜੀ ਸਰਕਾਰ ਹੁਣ ਤੱਕ ਇਹ ਗੱਲ ਹੀ ਕਰਦੀ ਰਹੀ ਕਿ ਕਾਨੂੰਨ ਤਾਂ ਸਹੀ ਹੈ, ਅਸੀਂ ਪਛਾਣ ਨਹੀਂ ਹਟਾਂਗੇ, ਇੱਕ ਤਰ੍ਹਾਂ ਦੇ ਨਾਲ ਉਹਨਾਂ ਦੇ ਮੋਰਚੇ ਨੂੰ ਅੰਦੋਲਨ ਨੂੰ ਅੱਖੋਂ ਪਰੋਖੀ ਕਰਤਾ ਸੀਗਾ ਵੀ ਛੱਡੋ ਯਾਰ ਗੱਲ ਹੀ ਨਹੀਂ ਕਰਨੀ। ਪਰ ਮੈਂ ਤੁਹਾਨੂੰ ਇਹ ਗੱਲ ਹੋਰ ਦੱਸ ਦਿੰਦਾ, ਅਖੀਰ ਦੇ ਉੱਤੇ ਜਦੋਂ ਮੇਰੀ ਜ਼ਮਾਨਤ ਹੋਈ ਨਾ ਤੇ ਮੇਰੀ ਕ੍ਰਾਈਮ ਬ੍ਰਾਂਚ ਦੇ ਵਿੱਚ 20 ਦਿਨ ਪੇਸ਼ੀ ਪਈ ਹੈ, ਇੱਕ ਦਿਨ ਛੱਡ ਕੇ ਬੁਲਾ ਲੈਂਦੇ ਸੀਗੇ, ਲੰਬੀ ਚੌੜੀ ਗੱਲਬਾਤ 8-8, 10-10 ਘੰਟੇ ਮੇਰੇ ਨਾਲ ਕਰਦੇ ਸੀ ਤੇ ਉੱਥੇ ਗੱਲ ਪਤਾ ਕੀ ਨਿਕਲ ਕੇ ਆਈ ਹੈ, ਉੱਥੇ ACP DCP ਵੱਡੇ ਵੱਡੇ ਅਫਸਰ ਬੈਠੇ ਹੁੰਦੇ ਸੀ ਤਾਂ ਉਹਨਾਂ ਦੇ ਕੋਲੋਂ ਮੈਨੂੰ ਜਿਹੜੀ ਗੱਲ ਪਤਾ ਲੱਗੀ ਆ ਵੀ ਅੰਦਰ ਖਾਤੇ ਸਰਕਾਰ ਵੀ ਹਿੱਲੀ ਹੋਈ ਹੈ। ਉਹ ਇੱਕ ACP ਨੇ ਮੈਨੂੰ ਦੱਸਿਆ, ਕਹਿੰਦਾ ਇਹ ਅੰਦੋਲਨ ਸਰਕਾਰ ਦੇ ਗੱਲ ਦੀ ਹੱਡੀ ਬਣ ਚੁੱਕਿਆ ਹੈ, ਇਹ ਸਾਨੂੰ ਭੁਲੇਖਾ ਵੀ ਸਰਕਾਰ ਤਾਂ ਗੱਲ ਨਹੀਂ ਕਰਦੀ, ਪਤਲੇ ਕੰਧ ਚੂ ਨਹੀਂ ਸਰਕਦੀ, ਇਹ ਸਾਨੂੰ ਲੱਗਦਾ ਹੁੰਦਾ ਅੰਦਰੋਂ ਵੀ ਹਿੱਲੇ ਹੋਏ ਨੇ, ਡਰੇ ਹੋਏ ਨੇ, ਕੰਬੇ ਹੋਏ ਨੇ। ਸੋ ਹੌਸਲੇ 'ਚ ਰਹੋ, ਮਜ਼ਬੂਤ ਰਹੋ, ਦ੍ਰਿੜਤਾ ਦੇ ਨਾਲ, ਸਬਰ ਦੇ ਨਾਲ, ਕੋਈ ਗੱਲ ਨਹੀਂ, ਜਿੱਤੇ ਬਿਨਾਂ ਜਾਂ ਜੋ ਮਰਜ਼ੀ ਹੋ ਜਾਏ ਅਸੀਂ ਵਾਪਸ ਨਹੀਂ ਜਾਣਾ। ਫੈਸਲਾ ਕਰ ਲਿਓ, ਅੰਦਰ ਆਪਣੀ ਆਤਮਾ ਤੋਂ ਪੁੱਛ ਲਿਓ, ਆਉਣ ਵਾਲੀਆਂ ਨਸਲਾਂ ਵੱਲ ਝਾਤ ਮਾਰ ਲਿਓ ਕਿ ਲੜਕੀ ਦੀ ਖਾਤਰ ਰਹੇ ਹੈ, ਕਿੰਨਾ ਦੇ ਅਸੀਂ ਵਾਰਸ ਹੈ, ਕੀ ਸਾਡਾ ਇਤਿਹਾਸ ਹੈ। ਇਹ ਫੈਸਲਾ ਤੁਹਾਡੇ ਹੱਥਾਂ ਭਰਾਵੋ, ਬੋਲੇ ਜਿੰਦਾਬਾਦ।
दस दे कि खेती कानूनों के खिलाफ किसान अंदोलन लगातार जारी है। दिल्ली दीआं सरहदां ते किसान पक्के मोर्चे लगा के बैठे ने। किसानां दा कहना है कि जदों तक खेती कानून रद्द नहीं हुंदे उदों तक घर वापसी नहीं करांगे। हुण देखना होवेगा कि आने वाले समय च किसान अंदोलन की मोड़ लैंदा है। ब्यूरो रिपोर्ट D5 चैनल पंजाबी। D5 चैनल पंजाबी हुणे सबसक्राइब करो, बैल आइकन ते क्लिक करो। बाणी गुरु गुरु है बाणी विच बाणी अमृत सारे। ज्ञानी साहब सिंह जी शाहबाद मारकंडा वाले नाल करो सिद्धी गलबात ते जाणो गुरबाणी दे अर्थ। रोजाना पाठ करन वाले ये प्रोग्राम जरूर देखण ते गुरु साहब दीआं असीसां दे पात्र बनन। देखना ना भुलना साडा खास प्रोग्राम गुरबाणी ज्ञान ऐतवार सवेरे 7 तों 8 बजे तक D5 चैनल पंजाबी ते।